ਤੁਸੀਂ ਦੇਖ ਰਹੇ ਹੋ ਜਾਂਜਰ ਤੇ ਐਨ ਆਰ ਆਈ ਨਿਊਜ਼ ਬਲੈਟਨ ਲਾਅ ਪੇਜ ਨੇ ਕੁਝ ਖਬਰਾਂ ਸਪੋਰਟਸ ਵਰਤ ਤੋਂ WP LLB 2023 ਰੋਮਾਂਟਿਕ ਮੁਕਾਬਲੇ ਵਿੱਚ UP ਵਾਰੀਅਰਜ਼ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ ਨਵੇਂ ਮੁੰਬਈ ਦੀ ਨੇ ਦੇਮਦਾਨ ਵਿੱਚ ਗ੍ਰੇਸ ਹੈਰਿਸ ਅਤੇ ਸੈਫੀ ਅਕਲ ਅਕਲਸਟਰਨ ਦੀ ਧਿਮਾਕੇਦਾਰ ਸਾਂਝੇਦਾਰੀ ਦੀ ਬਦੌਲਤ ਯੂਪੀ ਵਾਰੀਅਰਜ਼ ਨੇ ਗੁਜਰਾਤ ਜੁਆਇੰਟਸ ਦੇ ਜਵਾਬ ਜਬਾੜੇ ਤੇ ਜਿੱਤ ਖੋ ਲਈ ਇਸ ਤੋਂ ਪਹਿਲਾਂ ਗੁਜਰਾਤ ਨੇ ਹਰਲੇਨ ਦਿਓਲ ਦੀਆਂ 46 ਦੌੜਾਂ ਦੀ ਬਦੌਲਤ 169 ਦੌੜਾਂ ਬਣਾਈਆਂ ਜਵਾਬ ਵਿੱਚ ਯੂਪੀ ਵਾਰੀਅਰਜ਼ ਦੀ ਟੀਮ ਗੁਜਰਾਤ ਦੀ ਗੇਂਦਬਾਜ਼ ਕੇਮ ਗਰਥ ਦੇ ਸਾਹਮਣੇ ਸਮਰਪਣ ਕਰਦੀ ਨਜ਼ਰ ਆਈ ਗਰਥ ਨੇ 36 ਦੌੜਾਂ ਦੇ ਕੇ 5 ਵਿਕਟਾਂ ਲਈਆਂ ਜਿਸ ਕਾਰਨ ਯੂਪੀ ਦੀ ਟੀਮ 7 ਵਿਕਟਾਂ ਤੇ 105 ਦੌੜਾਂ ਤੇ ਸਿਮਟ ਗਈ ਪਰ ਗ੍ਰੇਸ ਹਾਰਿਸ ਅਤੇ ਸੇਫੀ ਅਕਲਸਟਰਨ ਨੇ ਫਿਰ ਰੇਅਰ ਬਦਲੇ ਦੇ ਵਿਕਟ ਦੇ ਚਾਰੇ ਪਾਸੇ ਸ਼ਾਰਟ ਮਾਰਦੇ ਹੋਏ ਆਪਣੀ ਟੀਮ ਨੂੰ ਜਿੱਤ ਵੱਲ ਲੈ ਗਏ ਗ੍ਰੇਸ ਹੈਰਿਸ ਨੇ 53 ਅਤੇ ਸੋਫੀਆ ਨੇ 22 ਦੌੜਾਂ ਮਨਾਈਆਂ ਇਸ ਤੋਂ ਪਹਿਲਾਂ ਹਰਲੀਨ ਦਿਓਲ ਅਰਧ ਸੈਂਕੜਾ ਬਣਾਉਣ ਤੋਂ ਖੋਝ ਗਈ ਪਰ ਉਸ ਦੀ 46 ਦੌੜਾਂ ਦੀ ਉਪਲਬਧੀ ਪਾਰੀ ਦੀ ਮਦਦ ਦੇ ਨਾਲ ਗੁਜਰਾਤ ਜੁਆਇੰਟਸ ਨੇ ਪਹਿਲਾ ਪ੍ਰੀਮੀਅਰ ਲੀਗ T20 ਕ੍ਰਿਕਟ ਟੂਰਨਾਮੈਂਟ ਦੇ ਮੈਚ ਵਿੱਚ ਯੂਪੀ ਵਾਰੀਅਰਜ਼ ਦੇ ਖਿਲਾਫ 6 ਵਿਕਟਾਂ ਤੇ 169 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜਾ ਕੀਤਾ ਹਰਲੀਨ ਨੇ ਆਪਣੀ ਪਾਰੀ ਵਿੱਚ 32 ਗੇਂਦਾਂ ਦਾ ਸਾਹਮਣਾ ਕੀਤਾ ਅਤੇ 7 ਚੌਕੇ ਲਗਾਏ ਉਹਨਾਂ ਤੋਂ ਇਲਾਵਾ ਐਸ਼ਲੇ ਗਾਰਡਨਰ 25 ਦੇ ਚੌਕੇ ਸਲਾਮੀ ਬੱਲੇਬਾਜ਼ ਐਸ ਮੇਗਨਾ ਅਤੇ ਦਿਆਲਨ ਹੇਮਲਤਾ ਨੇ ਵੀ ਲਾਭਦਾਇਕ ਯੋਗਦਾਨ ਪਾਇਆ ਲੋਵ ਅੱਗੇ ਅਗਲੀ ਖਬਰ ਬਾਲਾ ਸਾਨਿਆ ਮਿਰਜ਼ਾ ਨੇ ਹైదరాబాద్ ਵਿੱਚ ਖੇਡਿਆ ਵਿਦਾਇਗੀ ਮੈਚ ਭਾਰਤ ਦੇ ਮਹਾਨ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਖੁਸ਼ੀ ਦੇ ਹੰਝੂਆਂ ਨਾਲ ਅੰਤਵਾਰ ਨੂੰ ਇਹ ਖਿਡਾਰਨ ਦੇ ਤੌਰ ਤੇ ਆਪਣੀ ਸ਼ਾਨਦਾਰ ਯਾਤਰਾ ਦੀ ਸਮਾਪਤੀ ਉਸੇ ਸਥਾਨ ਤੋਂ ਕੀਤੀ ਜਿੱਥੇ ਉਸ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਸਾਨੀਆ ਦੇ ਨਾਲ ਲਾਲ ਬਹਾਦਰ ਸਟੇਡੀਅਮ ਵਿੱਚ ਪ੍ਰਦਰਸ਼ਨੀ ਮੈਚ ਵਿੱਚ ਖੇਡ ਆਪਣੇ ਮਾਰਗਦਰਸ਼ਕ ਸਫ਼ਰ ਨੂੰ ਆਖਰਕਾਰ ਅਲਵਿਦਾ ਕਹਿ ਦਿੱਤਾ ਜਿੱਥੇ ਉਸ ਨੇ ਕਰੀਬ 2 ਦਹਾਕੇ ਪਹਿਲੇ ਇਤਿਹਾਸਿਕ ਡਬਲਯੂਟੀ ਏ ਸਿੰਗਲ ਖਿਤਾਬ ਨਾਲ ਵੱਡੇ ਮੰਚ ਤੇ ਆਪਣੇ ਆਗਮਨ ਦੇ ਸੰਕੇਤ ਦੇ ਦਿੱਤੇ ਸਨ ਇਹਨਾਂ ਪ੍ਰਦਰਸ਼ਨੀ ਮੈਚਾਂ ਵਿੱਚ ਰੋਹਨ ਪੰਨਾ ਯੋਗਰਾਜ ਸਿੰਘ ਅਤੇ ਉਸ ਦੀ ਸਭ ਤੋਂ ਚੰਗੀ ਮਿੱਤਰ ਬੰਥਾਨੀ ਮੰਟੇਕਾ ਸੈਂਡਰਸ ਸ਼ਾਮਲ ਸੀ ਪ੍ਰਦਰਸ਼ਨੀ ਮੈਚਾਂ ਵਿੱਚ ਦੇਖਣ ਪਹੁੰਚਣ ਵਾਲਿਆਂ ਵਿੱਚ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਜੀਜੂ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਰੁਦੀਨ ਤੇਲੰਗਾਨਾ ਦੇ ਮੰਤਰੀ ਦੀ ਬੇਟੀ ਕੇਟੀ ਰਾਮਾ ਰਾਓ ਸਮੀਤ ਕਈ ਹਸਤੀਆਂ ਸ਼ਾਮਲ ਸਨ 36 ਸਾਲਾ ਸਾਨਿਆ ਲਾਲ ਰੰਗ ਦੀ ਕਾਰ ਵਿੱਚ ਸਟੇਡੀਅਮ ਪਹੁੰਚੀ ਅਤੇ ਦਰਸ਼ਕਾਂ ਨੇ ਤਾੜੀਆਂ ਦੇ ਨਾਲ ਸਵਾਗਤ ਕੀਤਾ ਸਟੇਡੀਅਮ ਵਿੱਚ ਉਸ ਦਾ ਪਰਿਵਾਰ ਵੀ ਮੌਜੂਦ ਸੀ ਸਾਨਿਆ ਮਿਰਜ਼ਾ ਵਿਦਾਇਗੀ ਪਾਸ਼ੰਦran ਬੁੱਕ ਹੋ ਗਈ ਉਸਨੇ ਕਿਹਾ ਹੈ ਕਿ ਉਸ ਲਈ ਸਭ ਤੋਂ ਵੱਡਾ ਸਨਮਾਨ ਦੇਸ਼ ਲਈ 20 ਸਾਲ ਤੱਕ ਖੇਡਣਾ ਹੈ 6 ਵਾਰ ਦੀ 골ਡ ਸ্লাম ਜੇਤੂ ਨੇ ਦੋ ਮਿਕਸ ਡਬਲ ਪ੍ਰਦਰਸ਼ਨ ਮੈਚ ਖੇਡੇ ਅਤੇ ਦੋਵੇਂ ਜਿੱਤੇ ਮੈਚ ਤੋਂ ਪਹਿਲਾਂ ਸਾਨੀਆਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਸਾਹਮਣੇ ਆਪਣਾ ਅੰਤਿਮ ਮੈਚ ਖੇਡਣ ਦੇ ਲਈ ਕਾਫੀ ਉਤਸ਼ਾਹੀ ਥਾ ਜੂਨੀਅਰ ਪੱਧਰ ਤੇ ਉਹਨਾਂ ਨੇ 10 ਸਿੰਗਲਜ਼ ਅਤੇ 13 ਡਬਲਸ ਟ్రਾਇਲ ਦਿੱਤੇ 2001 ਵਿੱਚ ਸੀਨੀਅਰ ਪੱਧਰ ਤੇ ਡੈਬਿਊ ਕਰਨ ਦੇ ਬਾਅਦ 2003 ਵਿੱਚ ਉਹਨਾਂ ਨੇ ਆਪਣਾ ਪੇਸ਼ੇਵਰ ਟੈਨਿਸ ਕੈਰੀਅਰ ਸ਼ੁਰੂ ਕੀਤਾ ਲੋਕਾਂ ਦੇਹਾ ਅਗਲੀ ਖਬਰ ਵਾਲਾ ਦਿੱਲੀ ਕੈਪੀਟਲਜ਼ ਨੇ ਰਾਇਲ ਚੈਲੈਂਜਰ ਬੰਗਲੌਰ ਨੂੰ 60 ਦੌੜਾਂ ਨਾਲ ਹਰਾਇਆ ਪਤਾਨ ਮੈਗ ਲਰਨਿੰਗ ਤੇ ਸਫ ਵਾਲੀ ਵਰਮਾ ਦੇ ਧਮਾਕੇਦਾਰ ਅਰਧ ਸੈਂਕੜੇ ਤੋਂ ਬਾਅਦ ਤਾਰਾ ਨੌਰਿਸ ਦੇ ਪੰਜੇ ਨੂੰ ਬਦਲਣ ਦਿੱਲੀ ਕੰਪਲੈਕਸ ਨੇ ਮਹਿਲਾ ਪ੍ਰੀਮੀਅਰ ਲੀਗ ਵਿੱਚ ਐਤਵਾਰ ਨੂੰ ਰਾਇਲ ਚੈਲੈਂਜਰ ਬੰਗਲੌਰ ਨੂੰ 60 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਧਮਾਕੇਦਾਰ ਸ਼ੁਰੂਆਤ ਕੀਤੀ ਲਰਨਿੰਗ ਸਫ ਵਾਲੀ ਦੀ ਸਲਾਮ ਜੋੜੀ ਨੇ ਪਹਿਲੀ ਵਿਕਟ ਲਈ ਤਾਬਰ ਤੋੜ 162 ਦੌੜਾਂ ਦੀ ਸਾਂਝਦਾਰੀ ਕਰਕੇ ਇਸ ਜਿੱਤ ਨੀ ਰੱਖੀ ਸਫਵਲੀ ਨੇ 45 ਗੇਂਦਾਂ ਤੇ 10 ਚੌਕੀਆਂ ਤੇ 4 ਛੱਕਿਆਂ ਦੇ ਨਾਲ 84 ਦੌੜਾਂ ਬਣਾਈਆਂ ਜਦ ਕਿ ਲਰਨਿੰਗ ਨੇ 43 ਗੇਂਦਾਂ ਤੇ 14 ਚੌਕੀਆਂ ਤੇ 72 ਦੌੜਾਂ ਦੀ ਕਪਤਾਨੀ ਪਾਰੀ ਖੇਡੀ ਦੋਮਾ ਸਲਾਮੀ ਬੱਲੇਬਾਜ਼ਾਂ ਦੇ ਪਵੈਲੀਅਨ ਪਤਨ ਤੋਂ ਬਾਅਦ ਮਰੀਜ਼ਾਨੇ ਕੌਪ ਤੇ ਜਾਮਿਆ ਰੈਡਿੰਗ ਗੇਂਜ਼ ਨੇ ਦਿੱਲੀ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ ਟੀਚੇ ਦਾ ਪਿੱਛਾ ਕਰਦੇ ਹੋਏ ਕਪਤਾਨ ਸਮਿਤੀਮਨ ਦਾਣਾ ਨੇ ਬੈਂਗਲੁਰੂ ਨੂੰ ਤੇਜ਼ ਸ਼ੁਰੂਆਤ ਦਵਾਈ ਹਾਲਾਂਕਿ ਉਸਦੀ ਵਿਕਟ ਡਿੱਗਣ ਤੋਂ ਬਾਅਦ ਟੀਮ ਮੈਚ ਵਿੱਚੋਂ ਬਾਹਰ ਹੁੰਦੀ ਚਲੀ ਗਈ ਸਮਿਤੀ ਨੇ 23 ਗੇਂਦਾਂ ਵਿੱਚ 5 ਚੌਕੀਆਂ ਤੇ ਇੱਕ ਛੱਕੇ ਦੇ ਨਾਲ 35 ਦੌੜਾਂ ਬਣਾਈਆਂ ਜਦਕਿ ਐਲਿਸ ਪੈਰੀ ਨੇ ਵਿਚਾਲੇ ਦੇ ਓਵਰਾਂ ਦੇ ਵਿੱਚ ਸੰਘਰਸ਼ ਕਰਦੇ ਹੋਏ 19 ਗੇਂਦਾਂ ਤੇ 5 ਚੌਕੀਆਂ ਦੇ ਨਾਲ 31 ਦੌੜਾਂ ਦੀ ਪਾਰੀ ਖੇੜੀ ਅਮਰੀਕਾ ਦੀ ਤਾਰਾ ਨਾਰਸ ਨੇ ਬੈਂਗਲੁਰੂ ਦੀ ਬੱਲੇਬਾਜ਼ੀ ਦੀ ਕਮਰ ਤੋੜਦੇ ਹੋਏ ਚਾਰ ਓਵਰਾਂ ਵਿੱਚ 29 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਐਲਿਸੇ ਕੈਂਪਸੀ ਨੇ ਦੋ ਜਦ ਕੇ ਸ਼ੀਖਾ ਪਾਂਡੇ ਨੇ ਇੱਕ ਵਿਕਟ ਲਈ ਇਸ ਤੋਂ ਇਲਾਵਾ ਹਥੇਰ ਨਾਈਟ ਨੇ 34 ਤੇ ਮੀਗਨ ਸ਼ਾਟ ਨੇ ਅਜੇ ਤੂਤੀ ਦੌੜਾਂ ਦਾ ਯੋਗਦਾਨ ਦਿੱਤਾ ਹਾਲਾਂਕਿ ਇਸ ਸਮੇਂ ਤੱਕ ਬੰਗਲੌਰੂ ਮੈਚ ਵਿੱਚੋਂ ਬਾਹਰ ਹੋ ਚੁੱਕੀ ਸੀ